ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਆ ਪੰਜਾਬ ਜੀਕੇ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਪਾਰਟ 16 ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਅਸੀਂ ਉਹਨਾਂ ਦੇ ਲਈ 1000 ਐਮਸੀਕਿਊ ਦੀ ਸੀਰੀਜ਼ ਸਟਾਰਟ ਕੀਤੀ ਆ ਜਿਸ ਵਿੱਚ ਅਸੀਂ ਪੰਜਾਬ ਜੀਕੇ ਦੇ ਸਾਰੇ ਹੀ ਟੌਪਿਕ ਕਵਰ ਕਰਨ ਵਾਲੇ ਆ ਤੇ ਤੁਹਾਨੂੰ ਪਤਾ ਹੈ ਕਿ ਪਹਿਲੇ ਅ 15 ਪਾਰਟਸ ਦੇ ਵਿੱਚ ਅਸੀਂ ਪੰਜਾਬ ਬਾਰੇ ਮੁਢਲੀ ਜਾਣਕਾਰੀ ਪੰਜਾਬ ਦਾ ਇਤਿਹਾਸ ਪੰਜਾਬ ਬਾਰੇ ਭੂਗੋਲਿਕ ਜਾਣਕਾਰੀ ਪੰਜਾਬ ਦੀ ਆਰਥਿਕ ਸਥਿਤੀ ਸਿੱਖ ਧਰਮ ਨਾਲ ਰਿਲੇਟਡ ਕੁਝ ਐਮਸੀਕਿਊ ਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਕੀਤੇ ਸੀ ਤੇ ਪੰਜਾਬ ਦੀ ਲੋਕਧਾਰਾ ਤੇ ਸੱਭਿਆਚਾਰ ਵਾਲਾ ਟੌਪਿਕ ਵੀ ਸਾਡਾ ਇਸੇ ਸੀਰੀਜ਼ ਦੇ ਵਿੱਚ ਖਤਮ ਹੋ ਚੁੱਕਿਆ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰ ਰਹੇ ਹਾਂ ਪੰਜਾਬ ਦੀ ਫੁਟਕਲ ਜਾਣਕਾਰੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਪੰਜਾਬ ਜੀ ਕੇ ਤੁਹਾਡੇ ਲਈ ਕਿੰਨਾ ਜਿਆਦਾ ਇੰਪੋਰਟੈਂਟ ਟਾਪਿਕ ਹੈ ਤੇ ਤੁਹਾਨੂੰ ਵੀ ਪਤਾ ਹੈ ਤੇ ਅਸੀਂ ਇਸ 1000 ਦੀ ਸੀਰੀਜ਼ ਦੇ ਵਿੱਚ ਪੰਜਾਬ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਟਾਪਿਕ ਬਣਦੇ ਆ ਪੰਜਾਬ ਜੀ ਕੇ ਦੇ ਨਾਲ ਰਿਲੇਟਡ ਉਹ ਸਾਰੇ ਅਸੀਂ ਇਸ ਸੀਰੀਜ਼ ਦੇ ਵਿੱਚ ਕਵਰ ਕਰਨ ਵਾਲੇ ਆ ਤੇ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ 1000 ਦੀ ਸੀਰੀਜ਼ ਦਾ ਤੁਸੀਂ ਇੱਕ ਵੀ ਪਾਰਟ ਮਿਸ ਨਾ ਕਰਨਾ ਕਿਉਂਕਿ ਸਾਰੇ ਹੀ ਕੁਐਸਚਨ ਇਸ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਲਈ ਗਏ ਨੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਪੰਜਾਬ ਦੀਆਂ ਰਾਖਮੀਆਂ ਲੋਕ ਸਭਾ ਦੀਆਂ ਸੀਟਾਂ ਕਿਹੜੀਆਂ ਹਨ ਹਾਂਜੀ ਪੰਜਾਬ ਦੀਆਂ ਰਾਖਮੀਆਂ ਲੋਕ ਸਭਾ ਦੀਆਂ ਸੀਟਾਂ ਕਿਹੜੀਆਂ ਨੇ ਜਲੰਧਰ ਹੁਸ਼ਿਆਰਪੁਰ ਫਰੀਦਕੋਟ ਫਤਿਹਗੜ੍ਹ ਯਾਨੀ ਕਿ ਉਪਰੋਕਤ ਚਾਰੇ ਹੀ ਪੰਜਾਬ ਦੀਆਂ ਰਾਖਮੀਆਂ ਲੋਕ ਸਭਾ ਦੀਆਂ ਸੀਟਾਂ ਨੇ ਆਪਸ਼ਨ ਨੰਬਰ 4 ਸਹੀ ਹੈ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਹਾਂਜੀ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਕਪੂਰ ਸਿੰਘ ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆਉਂਦੇ ਨੇ ਕਿ ਸਾਨੂੰ ਵੀ ਆਪਣੀ ਆਪਸ਼ਨ ਸੋਚਣ ਦਾ ਸਮਾਂ ਦਿੱਤਾ ਜਾਵੇ ਤਾਂ ਮੈਂ ਤੁਹਾਨੂੰ 3 ਸੈਕਿੰਡ ਦਾ ਸਮਾਂ ਦਵਾਂਗੀ ਆਪਣਾ ਆਨਸਰ ਤੁਸੀਂ ਸੋਚ ਸਕਦੇ ਹੋ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਪੰਚਾਇਤ ਪੰਜਾਬ ਪੰਚਾਇਤੀ ਰਾਜ ਐਕਟ ਕਿਹੜੇ ਸਾਲ ਬਣਿਆ ਪੰਜਾਬ ਪੰਚਾਇਤੀ ਰਾਜ ਐਕਟ ਕਿਹੜੇ ਸਾਲ ਬਣਿਆ ਸੀਗਾ 1994 ਦੇ ਵਿੱਚ ਤੇ ਕਿਹੜੇ ਐਕਟ ਦਾ ਬਦਲਮਾ ਰੂਪ ਬਣਿਆ ਸੀ ਇਹ ਪੰਜਾਬ ಗ್ರಾಮ ਪੰਚਾਇਤ ਐਕਟ 1952 ਪੰਜਾਬ ಗ್ರಾಮ ਪੰਚਾਇਤ ਐਕਟ 1952 ਦਾ ਰੂਪ ਬਦਲ ਕੇ 1994 ਐਕਟ ਬਣਾਇਆ ਗਿਆ ਸੀ ਪੰਚਾਇਤੀ ਰਾਜ ਐਕਟ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਤਾਂ ਪੰਜਾਬ ਪੰਚਾਇਤੀ ਰਾਜ ਐਕਟ ਕਿਹੜੇ ਸਾਲ ਬਣਿਆ ਸੀ 1994 ਦੇ ਵਿੱਚ অপਸ਼ਨ ਨੰਬਰ E ਇਸ ザ রাইਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਪੰਚਾਇਤੀ ਰਾਜ ਐਕਟ 1994 ਕਿਸ ਪੁਰਾਣੇ ਐਕਟ ਦਾ ਬਦਲ ਮਾ ਰੂਪ ਹੈ ਹਾਂ ਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਪੰਚਾਇਤੀ ਰਾਜ ਐਕਟ 1994 ਪੰਜਾਬ ਗ੍ਰਾਮ ਪੰਚਾਇਤ ਐਕਟ 1952 ਦਾ ਰੂਪ ਆ অপਸ਼ਨ ਨੰਬਰ D ਇਸ ザ রাইਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਦੋਂ ਹੋਈ ਹਾਂਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਦੋਂ ਹੋਈ 1606 ਈਸਵੀ ਦੇ ਵਿੱਚ 1606 ਈਸਵੀ ਦੇ ਵਿੱਚ ਸ਼੍ਰੀ ਅਕਾਲ ਤਖਤ ਦੀ ਸਥਾਪਨਾ ਹੋਈ ਸੀ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆਜੇ ਕਿ ਅਕਾਲ ਤਖਤ ਸਾਹਿਬ ਦਾ ਨਿਰਮਾਣ ਪੂਰਾ ਕਦੋਂ ਹੋਇਆ ਸੀ ਤਾਂ 1609 ਦੇ ਵਿੱਚ ਪੂਰਾ ਹੋਇਆ ਸੀ ਤੇ ਕਿੱਥੇ ਸਥਿਤ ਹੈ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਸ਼੍ਰੀ ਅਕਾਲ ਤਖਤ ਸਾਇਬ ਦਾ ਨਿਰਮਾਣ ਕਰਵਾਇਆ ਕਿੰਨਾ ਨੇ ਸੀ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਠੀਕ ਹੈ ਤੇ ਅਕਾਲ ਤਖਤ ਦਾ ਮਤਲਬ ਕੀ ਹੈ ਰੱਬ ਦੀ ਗੱਦੀ ਨੈਕਸਟ ਕੁਐਸ਼ਨ 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਜਨਮ ਦਿਨ ਦੇ ਕਿਹੜੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਸੀ ਹਾਂਜੀ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਜਨਮ ਦਿਨ ਤੇ ਯੂਨੀਵਰਸਿਟੀ ਇੱਕ ਸਥਾਪਿਤ ਕੀਤੀ ਗਈ ਸੀ ਜਿਸ ਦਾ ਨਾਮ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹੀਵਰਯੂ ਯੂਨੀਵਰਸਿਟੀ ਇਜ਼ਰਾਈਲ ਤੋਂ ਇਲਾਵਾ ਪਾਸ਼ਾ ਦੇ ਨਾਂ ਤੇ ਸਥਾਪਿਤ ਕੀਤੀ ਗਈ ਦੁਨੀਆ ਦੀ ਦੂਸਰੀ ਯੂਨੀਵਰਸਿਟੀ ਹੈ हां जी ਇਹਨਾਂ ਦੇ ਵਿੱਚੋਂ ਜਿਹੜੀ ਅਸੀਂ ਨਾਮ ਬੋਲ ਰਹੇ ਹਾਂ ਹਿਵਰਿਊ ਯੂਨੀਵਰਸਿਟੀ ਜਿਹੜੀ ਕਿ ਇਜ਼ਰਾਈਲ ਤੋਂ ਇਲਾਵਾ ਪਾਸ਼ਾ ਦੇ ਨਾਮ ਤੇ ਸਥਾਪਿਤ ਕੀਤੀ ਗਈ ਆ ਦੁਨੀਆ ਦੀ ਦੂਸਰੀ ਯੂਨੀਵਰਸਿਟੀ ਆ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਵਿੱਚ ਪਾਸ਼ਾ ਦੇ ਨਾਮ ਤੇ ਸਥਾਪਿਤ ਕੀਤੀ ਜਾਣ ਵਾਲੀ ਪਹਿਲੀ ਯੂਨੀਵਰਸਿਟੀ ਕਿਹੜੀ ਬਣੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਸ਼ਨ ਨੰਬਰ 8 ਆ ਇਜ਼ਾ ਰਾਈਟ ਆਨਸਰ ਪਰ ਜੇ ਅਸੀਂ ਪੂਰੇ ਵਰਲਡ ਦੀ ਗੱਲ ਕਰੀਏ ਤਾਂ ਇਹ ਦੂਸਰੀ ਯੂਨੀਵਰਸਿਟੀ ਹੈ ਫੈਲੀ ਕਿਹੜੀ ਆ ਹਿਵਰਿਊ ਯੂਨੀਵਰਸਿਟੀ ਇਜ਼ਰਾਈਲ ਹੈ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਕਿਸੇ ਵੀ ਤਰ੍ਹਾਂ ਕੁਮਾਫਰਾ ਕਿ ਕੁਐਸਚਨ ਆ ਸਕਦੇ ਐ ਐਗਜ਼ਾਮ ਦੇ ਵਿੱਚ ਹਾਂਜੀ ਨੈਕਸਟ ਪੁਆਇਜ਼ਿਸ਼ਨ ਅਸੀਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਿਰੀ ਰਾਗ ਤੋਂ ਸ਼ੁਰੂ ਹੋ ਕੇ ਜੈਜਾਵੰਤੀ ਰਾਗ ਤੱਕ ਬਾਣੀਆਂ ਦੀ ਤਰਤੀਬ ਕਿਸ ਤਰ੍ਹਾਂ ਰੱਖੀ ਗਈ ਹੈ ਕੋਲਕਾਤੀ ਰਾਗਾਂ ਦੇ ਵਿੱਚ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰੀ ਰਾਗ ਤੋਂ ਸ਼ੁਰੂ ਹੋ ਕੇ ਜੈਜਾਵੰਤੀ ਰਾਗ ਤੱਕ ਬਾਣੀਆਂ ਦੀ ਜਿਹੜੀ ਤਰਤੀਬ ਉਹ ਕਿਸ ਤਰ੍ਹਾਂ ਰੱਖੀ ਗਈ ਆ ਸ਼ਬਦ ਮਹੱਲੇਵਾਰ ਅਸ਼ਟਪਦੀਆਂ ਸੰਧ ਸਿਰਲੇਖ ਵਾਲੀਆਂ ਬਾਣੀਆਂ ਇਸ ਤੋਂ ਇਲਾਵਾ ਪੱਟੀ 12ਵਾਂ ਆਨੰਦ ਸੁਖਮਣੀ ਆਦ 12 ਭਗਤਾਂ ਦੀ ਬਾਣੀ ਆਪਸ਼ਨ ਨੰਬਰ ਓ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਰਾਗ ਤੋਂ ਸ਼ੁਰੂ ਹੋ ਕੇ ਜੈਜਵੰਤੀ ਰਾਗ ਤੱਕ ਕੁੱਲ 31 ਰਾਗ ਬਣਦੇ ਆਂ ਤੇ ਇਨਾਂ ਬਾਣੀਆਂ ਦੀ ਜਿਹੜੀ ਤਰਤੀਬ ਆ ਉਹ ਕਿਸ ਤਰ੍ਹਾਂ ਰੱਖੀ ਗਈ ਆ ਸ਼ਬਦ ਮੁਹੱਲੇवार ਅਸ਼ਟਪਦੀਆਂ ਸ਼ਾਂਤ ਸਿਰਲੇਖ ਵਾਲੀਆਂ ਬਾਣੀਆਂ ਪੱਟੀ ਜਿਵੇਂ 12ਵਾਂ ਆਨੰਦ ਸੁਖਮਨੀ ਸਾਹਿਬ ਆਦ 12 ਤੇ ਭਗਤਾਂ ਦੀ ਬਾਣੀ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 12 ਵਿੱਚੋਂ 21 12 ਗੁਰੂ ਨਾਨਕ ਦੇਵ ਜੀ ਦੀਆਂ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 12 ਦੇ ਵਿੱਚੋਂ ਜਿਹੜੀਆਂ 21 12ਆਂ ਉਹਨਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ 3 ਆ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ 4 ਆ ਸ਼੍ਰੀ ਗੁਰੂ ਰਾਮਦਾਸ ਜੀ ਦੀਆਂ 8 ਆ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ 6 ਆ ਤੇ 22ਵੀਂ ਵਾਰ ਕਿਸ ਦੀ ਆ ਤੇ 22ਵੇਂ ਵਾਰ ਤੁਸੀਂ ਦੱਸਣੀਆਂ ਵੀ ਕਿੰਨਾ ਦੀਆਂ ਤਾਂ 22ਵੇਂ ਵਾਰ ਆ ਸੱਤਾ ਬਲਵੰਤ ਦੀ ਆਪਸ਼ਨ ਨੰਬਰ ਏਡੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸਚਨ ਪੰਜਾਬ ਵਿੱਚ ਸਭ ਤੋਂ ਘੱਟ ਮਹਿਲਾ ਸਾਖਰਤਾ ਦਰ ਵਾਲਾ ਜ਼ਿਲ੍ਹਾ ਕਿਹੜਾ ਹੈ ਹਾਂਜੀ ਪੰਜਾਬ ਵਿੱਚ ਸਭ ਤੋਂ ਘੱਟ ਮਹਿਲਾ ਸਾਖਰਤਾ ਦਰ ਵਾਲਾ ਜ਼ਿਲ੍ਹਾ ਹੈ ਫਿਰੋਜ਼ਪੁਰ অপਸ਼ਨ ਨੰਬਰ ਊੜਾ ਇਸ ਦਾ ਰਾਈਟ ਆਂਸਰ ਸਾਖਰਤਾ ਦਾ ਮਤਲਬ ਹੁੰਦਾ ਪੜੇ ਲਿਖੇ ਲੋਕ ਠੀਕ ਹੈ ਤੇ ਪੰਜਾਬ ਵਿੱਚ ਸਭ ਤੋਂ ਘੱਟ ਇਸਤਰੀਆਂ ਕਿਹੜੇ ਜ਼ਿਲ੍ਹੇ ਦੇ ਵਿੱਚ ਪੜੀਆਂ ਲਿਖੀਆਂ ਨੇ ਸਭ ਤੋਂ ਘੱਟ ਫਿਰੋਜ਼ਪੁਰ ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਆਂ ਪੰਜਾਬ ਵਿੱਚ ਸਲਾਨਾ ਦਰ ਦੇ ਹਿਸਾਬ ਨਾਲ ਇਹਨਾਂ ਸੂਚੀਆਂ ਨੂੰ ਮਿਲਾਓ ਹਾਂਜੀ ਸੂਚੀ 1 ਦਿੱਤੀ ਆ ਤੇ ਸੂਚੀ 2 ਦਿੱਤੀ ਆ ਅਸੀਂ ਸਲਾਨਾ ਦਰ ਦੇ ਹਿਸਾਬ ਨਾਲ ਇਹਨਾਂ ਨੂੰ ਮਿਲਾਉਣਾ ਵਾ ਤਾਂ ਪਹਿਲਾਂ ਦੇਖੋ ਜਨਮ ਦਰ ਕਿੰਨੀ ਆ ਪੰਜਾਬ ਦੀ ਪੰਜਾਬ ਦੇ ਵਿੱਚ ਜੋ ਜਨਮਦਾਰਾ ਉਹ ਹੈਗੀ ਆ 17.3 ਪ੍ਰਤੀ 1000 ਆਪਸ਼ਨ ਨੰਬਰ 3 ਬਣ ਰਿਹਾ ਵਾ ਇਹਦਾ ਠੀਕ ਹੈ ਅੱਗੇ ਮੌਤ ਦਰ 41 ਪ੍ਰਤੀ 1000 ਆਸਤ ਉਮਰ ਆਸਤ ਉਮਰ ਕਿੰਨੀ ਆ 69.4 ਤੇ ਨਵਜਾਤ ਬੱਚਿਆਂ ਦੀ ਮੌਤ ਦਰ ਨਾਮ ਜੰਮੇ ਜਿਹੜੇ ਬੱਚੇ ਉਹਨਾਂ ਦੀ ਮੌਤ ਦਰ 7.2% ਸੌਰੀ 7% 7.2 ਪ੍ਰਤੀ ਹਜ਼ਾਰ ਪ੍ਰਤੀ ਹਜ਼ਾਰ ਦਾ ਮਤਲਬ ਕੀ ਹੈ ਕਿ 1000 ਪਿੱਛੇ ਇੰਨੇ ਬਣ ਰਹੇ ਆ ਠੀਕ ਹੈ ਹਾਂਜੀ ਤਾਂ ਇੱਥੇ ਰਾਈਟ ਆਨਸਰ ਹੈ অপਸ਼ਨ ਨੰਬਰ ਏਡੀ ਨੈਕਸਟ ਕੁਐਸਚਨ ਅਸੀਂ ਕਰਦੇ ਆ ਜੀ ਹਾਂਜੀ ਅਗਲੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਆ ਪ੍ਰਸ਼ਨ ਦਾ ਨੰਬਰ ਆ 752 ਠੀਕ ਹੈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ ਕਿਹੜੇ ਹਰੇਕ ਕੈਂਸਰ ਮਰੀਜ਼ ਨੂੰ ਸਰਕਾਰ ਕਿੰਨਾ ਪੈਸਾ ਦੇਣ ਲਈ ਵਚਨਬੱਧ ਹੈ ਹਾਂਜੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ ਹਰੇਕ ਕੈਂਸਰ ਮਰੀਜ਼ ਨੂੰ ਸਰਕਾਰ ਪੈਸੇ ਕਿੰਨੇ ਪੈਸੇ ਦੇਣ ਦੇ ਲਈ ਵਚਨ ਕੀਤਾ ਸਰਕਾਰ ਨੇ 1.5 ਲੱਖ ਰੁਪਈਆ ਆਪਸ਼ਨ ਨੰਬਰ 8 ਆਇਆ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਦੀਆਂ ਕਿੰਨਵੀਂਆਂ ਰਾਸ਼ਟਰੀ ਖੇਡਾਂ ਹੋਈਆਂ ਹਨ ਹਾਂਜੀ ਪੰਜਾਬ ਦੀਆਂ ਕਿੰਨਵੀਂ ਰਾਸ਼ਟਰੀ ਖੇਡਾਂ ਹੋਈਆਂ ਸਨ 31ਵੀਂਆਂ ਰਾਸ਼ਟਰੀ ਖੇਡਾਂ ਪੰਜਾਬ ਦੀਆਂ ਜੋ ਰਾਸ਼ਟਰੀ ਖੇਡਾਂ ਹੋਈਆਂ ਸੀਗੀਆਂ ਇਹਨਾਂ ਦੇ ਵਿੱਚੋਂ ਨਾ ਤੁਹਾਨੂੰ ਇਹ ਪੁੱਛਿਆ ਗਿਆ ਵਾ ਜਿਵੇਂ 2001 ਵਿੱਚ 30 30 ਹੋਈਆਂ ਜਾਂ 2001 ਦੇ ਵਿੱਚ 31 ਹੋਈਆਂ ਜਾਂ 2005 ਦੇ ਵਿੱਚ 35ਵੀਂਆਂ ਹੋਈਆਂ ਸੀ ਜਾਂ 1999 ਦੇ ਵਿੱਚ 39ਵੀਂਆਂ ਹੋਈਆਂ ਸੀ ਇਸ ਤਰ੍ਹਾਂ ਤੁਸੀਂ ਵੀ ਧਿਆਨ ਨਾਲ ਸਮਝ ਕੇ ਕਰਨਾ ਠੀਕ ਹੈ ਹੁਣ ਤਾਂ ਜੇਕਰ ਅਸੀਂ ਦੇਖੀਏ ਚਲੋ ਆਪਾਂ ਮੇਨ ਪੁਆਇੰਟ ਦੀ ਗੱਲ ਕਰਦੇ ਆਂ ਕਿ ਪੰਜਾਬ ਵਿੱਚ ਕਿੰਵੀਂ ਆ ਰਾਸ਼ਟਰੀ ਖੇਡਾਂ ਹੋਈਆਂ ਸਨ ਤੇ ਇਸ ਦਾ ਰਾਈਟ ਆਨਸਰ ਬਣਦਾ ਕਿ 2001 ਤੱਕ ਪੰਜਾਬ ਦੇ ਵਿੱਚ 31ਵੀਂ ਆ ਰਾਸ਼ਟਰੀ ਖੇਡਾਂ ਹੋਈਆਂ ਸੀ ਆਪਸ਼ਨ ਨੰਬਰ 1 ਹੈ ਇਸ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸਚਨ ਇਨ੍ਹਾਂ ਰਾਸ਼ਟਰੀ ਖੇਡਾਂ 31ਵੀਂ ਜਿਹੜੀਆਂ 31ਵੀਂ ਰਾਸ਼ਟਰੀ ਖੇਡਾਂ ਹੋਈਆਂ ਸੀ ਉਹਨਾਂ ਦੇ ਵਿੱਚ ਪੰਜਾਬ ਨੇ ਸਭ ਤੋਂ ਵੱਧ 163 ਮੈਡਲ ਜਿੱਤ ਕੇ ਓਵਰਆਲ ਟਰੋਫੀ ਜਿੱਤੀ ਸੀ ਤਾਂ ਕਿਹੜੀ ਟਰੋਫੀ ਜਿੱਤੀ ਸੀਗੀ ਰਾਜਾ ਪਲਿੰਦਰ ਸਿੰਘ ਟਰੋਫੀ ਜਿੱਤੀ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇੱਥੇ ਆਪਸ਼ਨ ਗਲਤ ਐਡ ਹੋਈ ਹੋਈ ਆ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਪੰਜਾਬ ਸਟੇਟ ਸਪੋਰਟਸ ਕੌਂਸਲ ਦਾ ਮੁਖੀ ਕੌਣ ਹੈ ਹਾਂਜੀ ਪੰਜਾਬ ਸਟੇਟ ਸਪੋਰਟਸ ਕੌਂਸਲ ਦੇ ਮੁਖੀ ਆ ਮੁੱਖ ਮੰਤਰੀ ਆਪਸ਼ਨ ਨੰਬਰ ਸ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਵਿੱਚ ਲੜਕੀਆਂ ਦੀ ਰਾਈਫਲ ਸ਼ੂਟਿੰਗ ਅਕੈਡਮੀ ਕਿੱਥੇ ਸਥਿਤ ਹੈ ਪੰਜਾਬ ਵਿੱਚ ਲੜਕੀਆਂ ਦੀ ਰਾਈਫਲ ਸ਼ੂਟਿੰਗ ਅਕੈਡਮੀ ਮੁਕਤਸਰ ਦੇ ਵਿੱਚ ਸਥਿਤ ਹੈ অপਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸ਼ਨ 2011 ਦੀ ਜਨਗਣਨਾ ਤੇ ਆਧਾਰਿਤ ਪੰਜਾਬ ਦੇ ਹੇਠ ਲਿਖਿਆਂ ਜ਼ਿਲ੍ਹਿਆਂ ਨੂੰ ਵਾਧਦੀ ਜਨਸੰਖਿਆ ਮੁਤਾਬਿਕ ਤਰਤੀਬ ਵਿੱਚ ਕਰੋ ਹਾਂਜੀ 2011 ਦੀ ਜਨਗਣਨਾ ਦੇ ਆਧਾਰ ਤੇ ਪੰਜਾਬ ਦੇ ਹੇਠ ਲਿਖੇ ਜ਼ਿਲ੍ਹਿਆਂ ਨੂੰ ਵਾਧਦੀ ਜਨਸੰਖਿਆ ਮੁਤਾਬਿਕ ਤਰਤੀਬ ਵਿੱਚ ਕਰਨਾ ਹੈ ਤੇ ਇਸ ਦਾ ਰਾਈਟ ਆਨਸਰ ਹੈ ਜੀ ਸਭ ਤੋਂ ਪਹਿਲਾਂ ਕਿਹੜਾ ਜ਼ਿਲ੍ਹਾ ਸੀ ਫਰੀਦਕੋਟ ਉਸ ਤੋਂ ਬਾਅਦ ਰੂਪਨਗਰ ਮਾਨਸਾ ਤੇ ਮੁਕਤਸਰ ਇਸ ਦਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਆੜਾ ਹਾਂਜੀ ਨੈਕਸਟ ਕੁਐਸਚਨ ਹਾਂਜੀ ਹੇਠ ਲਿਖੀਆਂ ਪੰਜਾਬ ਦੀਆਂ ਥਾਵਾਂ ਨੂੰ ਦੱਖਣ ਤੋਂ ਉੱਤਰ ਦਿਸ਼ਾ ਅਨੁਸਾਰ ਤਰਤੀਬ ਵਿੱਚ ਕਰੋ ਤਾਂ ਸਭ ਤੋਂ ਪਹਿਲਾਂ ਸਰਦੂਲਗੜ ਉਸ ਤੋਂ ਬਾਅਦ ਆਵੇਗਾ ਤੁਹਾਡੇ ਕੋਲੇ ਮੋੜ ਫਿਰ ਨਿਹਾਲ ਸਿੰਘ ਵਾਲਾ ਉਸ ਤੋਂ ਬਾਅਦ ਕਾਂਜਲੀ ਤੇ ਉਦੋਂ ਬਾਅਦ ਕਾ ਦਿਆ ਜਾਨੀ ਕਿ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਸਰਕਾਰ ਦੀਆਂ ਨੌਕਰੀਆਂ ਵਿੱਚ ਖੇੜ ਕੋਟੇ ਨੂੰ ਕਿੰਨੇ ਪ੍ਰਤੀਸ਼ਤ ਸੀਟਾਂ ਉਪਲਬਧ ਹਨ ਪੰਜਾਬ ਸਰਕਾਰ ਦੀਆਂ ਨੌਕਰੀਆਂ ਵਿੱਚ ਖੇੜ ਕੋਟੇ ਨੂੰ ਟੋਟਲ 3 ਪ੍ਰਤੀਸ਼ਤ ਸੀਟਸ ਉਪਲਬਧ ਨੇ ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਹਾਂਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਪੰਜਾਬ ਰਤਨ ਅਵਾਰਡ ਪ੍ਰਾਪਤ ਕਰਨ ਵਾਲੇ ਹੋਰ ਪੰਜਾਬੀ ਸਨ ਹਾਂਜੀ ਪੰਜਾਬ ਰਤਨ ਅਵਾਰਡ ਪ੍ਰਾਪਤ ਕਰਨ ਵਾਲੇ ਹੋਰ ਪੰਜਾਬੀ ਕਿਹੜੇ ਹਨ ਇਹਨਾਂ ਦੇ ਵਿੱਚੋਂ ਸੋ ਖੁਸ਼ਵੰਤ ਸਿੰਘ ਸੁਨੀਲ ਦੱਤ ਜਸ ਚੋਪੜਾ 에ਅਰ ਮਾਰਸ਼ਲ ਅਰਜਨ ਸਿੰਘ ਵਿਦੂ ਵਿਨੋਦ ਚੋਪੜਾ ਲੈਫਟੀਨੈਂਟ ਜਰਨਲ ਜੇਐਸ ਅਰੋੜਾ ਡਾਕਟਰ ਕੇਐਨ ਪਾਠਕ ਆਪਸ਼ਨ ਨੰਬਰ 7 ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਰਤਨ ਪ੍ਰਾਪਤ ਕਰਨ ਵਾਲੇ ਡਾਕਟਰ ਹਾਂਜੀ ਪੰਜਾਬ ਪੁਰਸ਼ਕਾਰ ਜਿਹੜੇ ਪੰਜਾਬ ਰਤਨ ਪ੍ਰਾਪਤ ਕਰਨ ਵਾਲੇ ਡਾਕਟਰ ਕੇ ਐਨ ਪਾਟੇਕ ਕਿਸ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਹਿ ਚੁੱਕੇ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਪਸ਼ਨ ਨੰਬਰ ਡੀ ਆਇਜ਼ਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਸਰਕਾਰ ਦਾ ਕਿਹੜਾ ਪੁਰਸ਼ਕਾਰ 1996 ਤੋਂ 2004 ਅਤੇ 2005 ਤੋਂ 2018 ਤੱਕ ਬੰਦ ਕਰ ਦਿੱਤਾ ਗਿਆ ਹਾਂਜੀ ਪੰਜਾਬ ਸਰਕਾਰ ਦਾ ਇਹ ਕਿਹੜਾ ਪੁਰਸਕਾਰ ਆ ਜਿਹੜਾ 1996 ਤੋਂ 2002 ਤੱਕ ਬੰਦ ਰਿਆ ਫਿਰ 2005 ਤੋਂ 2018 ਤੱਕ ਬੰਦ ਕੀਤਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ 1978 ਵਿੱਚ ਸ਼ੁਰੂ ਹੋਈਆਂ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਸਭ ਤੋਂ ਪਹਿਲੀ ਵਾਰ ਕਿਸ ਖਿਡਾਰੀ ਨੂੰ ਦਿੱਤਾ ਗਿਆ ਹਾਂਜੀ 1900 72 ਦੇ ਵਿੱਚ ਸ਼ੁਰੂ ਹੋਇਆ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਇਹ ਸਭ ਤੋਂ ਪਹਿਲੀ ਵਾਰ ਕਿਹੜੇ ਖਿਡਾਰੀ ਨੂੰ ਮਿਲਿਆ ਸੀਗਾ ਇਹ 10 ਖਿਡਾਰੀਆਂ ਨੂੰ ਦਿੱਤਾ ਗਿਆ ਸੀ ਪਹਿਲਾ 10 ਕਿਡਾਰੀ ਕਿਹੜੇ-ਕਿਹੜੇ ਆ ਮਿਸ ਰੂਪਾ ਦਰਸ਼ਨ ਪੱਟੀ ਮਨਜੀਤ ਸਿੰਘ ਬੀਐਸ ਮੰਦੀ ਰਜਨੀਨੰਦਾ ਹਰਪ੍ਰੀਤ ਗੱਲ ਸੁਸ਼ਿਲ ਕੋਹਲੀ ਨੀ사 ਸ਼ਰਮਾ ਪੁਸ਼ਪਿੰਦਰ ਕੌਰ ਕਮਲ ਠਾਕੁਰ ਸਿੰਘ ਜਾਣੇ ਕਿ ਉਪਰੋਕਤ 10 ਖਿਡਾਰੀਆਂ ਨੂੰ ਇਹ ਅਵਾਰਡ ਮਿਲਿਆ ਸੀ ਪਹਿਲਾਂ অপਸ਼ਨ ਨੰਬਰ ਸਸਾ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਕਿਸ ਪੰਜਾਬੀ ਗਾਇਕ ਨੂੰ 2011 ਵਿੱਚ ਮਰਨ ਉਪਰੰਤ ਸਰੋਮਣੀ ਪੰਜਾਬੀ ਗਾਇਕ ਪੁਰਸਕਾਰ ਪ੍ਰਦਾਨ ਕੀਤਾ ਗਿਆ ਹਾਂਜੀ ਕਿਹੜੇ ਪੰਜਾਬੀ ਗਾਇਕ ਨੂੰ 2011 ਵਿੱਚ ਮਰਨ ਉਪਰੰਤ ਸਰੋਮਣੀ ਅਕਾਲੀ ਸੌਰੀ ਸਰੋਮਣੀ ਪੰਜਾਬੀ ਗਾਇਕ ਪੁਰਸਕਾਰ ਪ੍ਰਦਾਨ ਕੀਤਾ ਗਿਆ ਕੁਲਦੀਪ ਮਾਨਕ ਨੂੰ অপਸ਼ਨ ਨੰਬਰ ਰੂਡਾ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਵਿੱਚ ਸਭ ਤੋਂ ਵੱਧਨ ਸੂਚਿਤ ਜਾਤੀ ਆਬਾਦੀ ਕਿਹੜੇ ਜ਼ਿਲ੍ਹੇ ਵਿੱਚ ਹੈ ਹਾਂਜੀ ਪੰਜਾਬ ਦੇ ਵਿੱਚ ਸਭ ਤੋਂ ਵੱਧਨ ਸੂਚਿਤ ਜਾਤੀ ਆਬਾਦੀ ਨਵਾਂ ਸ਼ਹਿਰ ਯਾਨੀ ਕਿ ਭਗਤ ਸਿੰਘ ਨਗਰ ਦੇ ਵਿੱਚ ਆਪਸ਼ਨ ਨੰਬਰ 6 ਇਸ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਮੁਸਲਿਮ ਭਾਈਚਾਰੇ ਦੇ ਮਾਮਲਿਆਂ ਨੂੰ ਨਿਜਿੱਠਣ ਲਈ ਮਲੇਰਕੋਟਲੇ ਵਿੱਚ ਬਣਾਈ ਗਈ ਪੰਜਾਬ ਦੀ ਪਹਿਲੀ ਸ਼ਰੀਅਤ ਪੰਚਾਇਤ ਕਦੋਂ ਬਣੀ ਹਾਂਜੀ ਮੁਸਲਿਮ ਪਾਈਚਾਰੇ ਦੇ ਮਾਮਲਿਆਂ ਨੂੰ ਨਿਜਠਣ ਦੇ ਲਈ ਮਲੇਰਕੋਟਲੇ ਦੇ ਵਿੱਚ ਇੱਕ ਪੰਜਾਬ ਦੀ ਪਹਿਲੀ ਸ਼ਰੀਅਤ ਪੰਚਾਇਤ ਬਣਾਈ ਗਈ ਸੀ ਇਹ ਕਦੋਂ ਬਣੀ ਸੀ 3 ਮਾਰਚ 2013 ਨੂੰ ਆਪਸ਼ਨ ਨੰਬਰ 6 ਸਹੀ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜਕਾਲ ਦੌਰਾਨ ਸਿੱਖ ਬੰਦੀ ਸਿੱਖ ਅਤੇ ਤਤ ਖਾਲਸਾ ਦੋ ਧੜਿਆਂ ਵਿੱਚ ਵੰਡੇ ਗਏ ਸਨ ਇਹਨਾਂ ਨੂੰ ਕਿਸ ਨੇ ਇੱਕ ਕੀਤਾ ਸੀ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਾਲ ਦੌਰਾਨ ਬੰਦਈ ਸਿੱਖ ਸਿੱਖ ਦੋ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ ਸੀ ਇੱਕ ਸੀ ਬੰਦਈ ਕਿਸ ਅਤੇ ਇੱਕ ਸੀ ਤਤ ਖਾਲਸਾ ਇਹ ਦੋ ਟੜਿਆਂ ਦੇ ਵਿੱਚ ਵੰਡੇ ਗਏ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇੱਕ ਕੀਤਾ ਸੀਗਾ ਭਾਈ ਮਨੀ ਸਿੰਘ ਜੀ ਨੇ অপਸ਼ਨ ਨੰਬਰ 8 ਹੈ ਜੀ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਸਨ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਸਨ ਆਪਸ਼ਨ ਨੰਬਰ 2 ਦਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਪੰਜਾਬ ਦੇ ਆਤਿਵਾਦ ਦੇ ਕਾਲ ਦੌਰਾਨ ਆਤਿਵਾਦੀਆਂ ਹੱਥੋਂ ਮਾਰੇ ਗਏ 25000 ਤੋਂ ਵੱਧ ਮਾਸੂਮ ਲੋਕਾਂ ਦੀ ਯਾਦਗਾਰ ਕਿਸ ਸਥਾਨ ਤੇ ਬਣਾਈ ਜਾ ਰਹੀ ਹੈ ਹਾਂਜੀ ਪੰਜਾਬ ਦੇ ਆਤਿਵਾਦ ਦੇ ਕਾਲ ਦੌਰਾਨ ਆਤਿਵਾਦ ਹੱਥੋਂ ਮਾਰੇ ਗਏ 25000 ਵੱਧ ਮਾਸੂਮ ਲੋਕਾਂ ਦੀ ਯਾਦਗਾਰ ਬਣਾਈ ਗਈ ਆ ਅੰਮ੍ਰਿਤਸਰ ਦੇ ਵਿੱਚ ਦੁਰਿਆਣਾ ਮੰਦਿਰ 'ਚ ਆਪਸ਼ਨ ਨੰਬਰ 8 ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਕੋਇਲ ਕੂ ਹਾਂਸ ਜੋਗ ਬੰਬੀਹਾ ਬੋਲ ਇਹ ਕੀ ਹਨ ਹਾਂਜੀ ਕੋਇਲ ਕੂ ਹਾਂਸ ਜੋਗ ਬੰਬੀਹਾ ਬੋਲ ਇਹ ਕੀ ਹਨ ਇਹ ਆਲੋਚਨਾ ਪੁਸਤਕਾਂ ਹਨ ਆਪਸ਼ਨ ਨੰਬਰ ਸ ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਦੁਨੀਆ ਦੀ ਕੁੱਲ ਕਿੰਨੇ ਫਸੀਦੀ ਕਪਾਹ ਪੈਦਾ ਕਰਦਾ ਹੈ ਹਾਂਜੀ ਪੰਜਾਬ ਦੁਨੀਆ ਦੀ ਟੋਟਲ 2% ਫਸੀਦੀ ਕਪਾਹ ਪੈਦਾ ਕਰਦਾ ਹੈ ਆਪਸ਼ਨ ਨੰਬਰ 1 ਆਇਆ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਂਜੀ ਨੋਰਾ ਰਿਚਰਡਸ ਜੋ ਕਿ ਇੱਕ ਲੇਖਕ ਹੋਣ ਦੇ ਨਾਲ-ਨਾਲ ਚિત੍ਰਕਾਰ ਵੀ ਸੀ ਅਤੇ ਜਿਸ ਨੂੰ ਪੰਜਾਬੀ ਨਾਟਕ ਦੀ ਨੱਕੜ ਦਾਦੀ ਕਿਹਾ ਜਾਂਦਾ ਹੈ ਹੇਠ ਲਿਖਿਆਂ ਵਿੱਚੋਂ ਕਿਸ ਜਗ੍ਹਾ ਤੇ ਰਹਿੰਦੀ ਸੀ ਨੋਰਾ ਰਿਚਰਡਸ ਜੋ ਕਿ ਇੱਕ ਲੇਖਕ ਹੋਣ ਦੇ ਨਾਲ-ਨਾਲ ਚિત੍ਰਕਾਰ ਵੀ ਸੀ ਤੇ ਪੰਜਾਬੀ ਨਾਟਕ ਦੀ ਨੱਕੜ ਦਾਦੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਇਹ ਕਾਂਗੜਾ ਦੇ ਵਿੱਚ ਰਹਿੰਦੀ ਸੀ ਆਪਸ਼ਨ ਨੰਬਰ E ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਜਨਮ ਸਾਖੀ ਦੀਆਂ ਵੱਖ-ਵੱਖ ਪਰੰਪਰਾਵਾਂ ਵਿੱਚੋਂ ਸਭ ਤੋਂ ਵੱਧ ਉਬਰੀ ਪਰੰਪਰਾ ਕਿਹੜੀ ਆ ਹਾਂਜੀ ਜਨਮ ਸੰਖਿਆ ਦੀਆਂ ਵੱਖ-ਵੱਖ ਪਰੰਪਰਾਵਾਂ ਆਈਆਂ ਤੇ ਸਭ ਤੋਂ ਬਾਅਦ ਉਭਰੀ ਪਰੰਪਰਾ ਸੀ ਗਿਆਨ ਰਤਨਾਵਾਲੀ ਦੀ ਜਨਮ ਸੰਖੀ ਆਪਸ਼ਨ ਨੰਬਰ ਆੜਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੇਠ ਲਿਖਿਆਂ ਨੂੰ ਕਥਨਾਂ ਨੂੰ ਵਿਚਾਰੋ ਸਭ ਤੋਂ ਪਹਿਲਾਂ ਅਸੀਂ ਕਥਨ ਪੜ੍ਹ ਲੈਣੇ ਆ ਕਿ ਕਿਹੜੇ ਕਥਨ ਸਹੀ ਹੈ ਤੇ ਕਿਹੜੇ ਗਲਤ ਉਸ ਤੋਂ ਬਾਅਦ ਤੁਸੀਂ ਧਿਆਨ ਰੱਖਣਾ ਕਿ ਜਿਹੜੇ ਸਹੀ ਪੁੱਛੇ ਗਏ ਆ ਤਾਂ ਅਸੀਂ ਸਹੀ ਦੱਸਾਂਗੇ ਜੇ ਗਲਤ ਪੁੱਛਿਆ ਤਾਂ ਅਸੀਂ ਗਲਤ ਦੱਸਾਂਗੇ ਠੀਕ ਹੈ ਕਿਹੜੇ ਕਿਹੜੇ ਆ ਤਾਂ ਸਭ ਤੋਂ ਪਹਿਲਾਂ ਦੇਖੋ ਪੰਜਾਬ ਦੇ ਥਰਮਲ ਪਾਵਰ ਪਲਾਂਟਾਂ ਲਈ ਬਾਲਨ ਪੈਨਮ ਵੱਲੋਂ ਸਪਲਾਈ ਕੀਤਾ ਜਾਂਦਾ ਹੈ ਬਿਲਕੁਲ ਠੀਕ ਹੈ ਅਗੇ ਐਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਟਿਡ ਵੱਲੋਂ ਰਾਜਪੁਰਾ ਥਰਮਲ ਪਾਵਰ ਪਲਾਂਟ ਵਿਕਸਿਤ ਕੀਤਾ ਜਾ ਰਿਹਾ ਹੈ ਗਲਤ ਹਾਂਜੀ ਰਾਜਪੁਰਾ ਥਰਮਲ ਪਾਵਰ ਪਲਾਂਟ ਲਈ ਬਾਲਣ ਮahanadi ਕੋਲਾ ਖੇਤਰ ਲਿਮਟਿਡ ਵੱਲੋਂ ਦਿੱਤਾ ਜਾਵੇਗਾ ਜਾਦਕੀ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਲਈ ਬਾਲਨ ਦੱਖਣੀ ਪੂਰਵੀ ਕੋਲਾ ਖੇਤਰ ਲਿਮਟਿਡ ਵੱਲੋਂ ਦਿੱਤਾ ਜਾਵੇਗਾ। ਹਾਂਜੀ ਬਿਲਕੁਲ ਠੀਕ ਆ। ਯਾਨੀ ਕਿ ਪਹਿਲਾ ਤੇ ਤੀਜਾ ਠੀਕ ਆ ਤੇ ਉਹਨਾਂ ਨੇ ਸਾਨੂੰ ਸਹੀ ਕਥਨ ਪੁੱਛਿਆ ਵਾ ਤੇ ਪਹਿਲਾ ਤੇ ਤੀਜਾ ਠੀਕ ਆ ਤਾਂ ਆਪਸ਼ਨ ਨੰਬਰ ਊੜਾ ਰਾਈਟ ਹੋਵੇਗਾ। ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ। ਹੇਟ ਲਿਖਿਆਂ ਦਾ ਮੇਲ ਕਰੋ। ਹਾਂਜੀ ਦੇਖੋ ਤੁਸੀਂ ਵਿਧਾਨ ਸਭਾ ਚੋਣ ਹਲਕਾ ਦਿੱਤਾ ਵਾ ਤੇ ਨਾਲ ਤਾਂ ਉਹਨੂੰ ਜ਼ਿਲ੍ਹਾ ਦੱਸਿਆ। ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜਾ ਵਿਧਾਨ ਸਭਾ ਚੋਣ ਹਲਕਾ ਹੀ ਅਸੀਂ ਦੱਸਣਾ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਚੋਣ ਹਲਕਾ ਇਸ ਦਾ ਸਬੰਧ ਕਿਸ ਦੇ ਨਾਲ ਆ ਤਾਂ ਇਸ ਦਾ ਸਬੰਧ ਹੈ ਜੀ ਮੋਗੇ ਦੇ ਨਾਲ ਠੀਕ ਹੈ ਮੋਗੇ ਦੇ ਨਾਲ ਉਸ ਤੋਂ ਬਾਅਦ ਸਤਰਾਣਾ ਦਾ ਸਬੰਧ ਕਿਸ ਦੇ ਨਾਲ ਆ ਪਟਿਆਲਾ ਦੇ ਨਾਲ ਛੱਬੇਵਾਲ ਦਾ ਸਬੰਧ ਕਿਸ ਦੇ ਨਾਲ ਆ ਹੁਸ਼ਿਆਰਪੁਰ ਦੇ ਨਾਲ ਡਿੜਵਾ ਦਾ ਸਬੰਧ ਕਿਸ ਦੇ ਨਾਲ ਆ ਸੰਗਰੂਰ ਦੇ ਨਾਲ ਜਾਨੀ ਕਿ 5 4 1 2 ਆਪਸ਼ਨ ਰਾਈਟ ਆ 5 4 1 2 ਆਪਸ਼ਨ ਆ ਅੜਾ ਨੈਕਸਟ ਕੁਐਸ਼ਨ ਅਸੀਂ ਕਰਦੇ ਆ ਜੀ ਹੇਠ ਲਿਖਿਆਂ ਦਾ ਮੇਲ ਕਰੋ ਤੁਹਾਨੂੰ ਨਦੀ ਦਿੱਤੀ ਹੋਈ ਆ ਤੇ ਉਸਦਾ ਪੁਰਾਤਨ ਨਾਮ ਦਿੱਤਾ ਹੋਇਆ ਵਾ ਤੁਸੀਂ ਦੇਖਣਾ ਕਿ ਵਿਆਸ ਨਦੀ ਦਾ ਪੁਰਾਤਨ ਨਾਮ ਕੀ ਸੀ ਵਿਆਸ ਨਦੀ ਦਾ ਪੁਰਾਤਨ ਨਾਮ ਸੀ ਵਿਪਾਸ਼ਾ ਉਸ ਤੋਂ ਬਾਅਦ ਆ ਗਈ ਰਾਵੀ ਨਦੀ ਰਾਵੀ ਨਦੀ ਦਾ ਪੁਰਾਤਨ ਨਾਮ ਸੀ ਪੂਰੂਸ਼ਣੀ ਅਤੇ ਇਸ ਨੂੰ ਇਰਾਵਤੀ ਵੀ ਲਿਖਿਆ ਸਕਦਾ ਵਾ ਠੀਕ ਹੈ ਉਸ ਤੋਂ ਬਾਅਦ ਚਨਾਵ ਨਦੀ ਦਾ ਪੁਰਾਤਨ ਨਾਮ ਕੀ ਸੀਗਾ ਅਸ਼ਕਿਨੀ ਤੇ ਜੈਲਮ ਨਦੀ ਦਾ ਪੁਰਾਤਨ ਨਾਮ ਸੀ ਵਿਤਾਸਤਾ ਜਾਨੀ ਕਿ ਇਸ ਦੇ ਵਿੱਚ ਜੋ ਰਾਈਟ ਆਪਸ਼ਨ ਬਣੇਗੀ ਉਹ ਬਣੇਗੀ ਤੁਹਾਡੇ ਕੋਲੇ 2 3 1 4 ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਈਡੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਵਿਆਸ ਨਦੀ ਸੰਬੰਧੀ ਏਟ ਲਿਖਿਆ हां जी नदी नहीं है। नहीं है व्यास नदी संबंधी ਅਸੀਂ ਦੇਖਣੇ ਆ ਕਥਨ ਕਿ ਕਿਹੜੇ ਕਥਨ ਨਾ ਸਹੀ ਆ ਤੇ ਕਿਹੜੇ ਗਲਤ ਆ ਸਭ ਤੋਂ ਪਹਿਲਾਂ ਅਸੀਂ ਦੇਖ ਲੈਣੇ ਆ ਅਸੀਂ ਦੱਸਣਾ ਕਿ ਉਪਰੋਕਤ ਕਥਨਾ ਵਿੱਚੋਂ ਕਿਹੜੇ ਕਥਨ ਸਹੀ ਨਹੀਂ ਹੈ ਨਹੀਂ ਹੈ ਮਤਲਬ ਗਲਤ ਦੱਸਣੀਆਂ ਗਲਤ ਕਥਨ ਕਿਹੜੇ ਆ ਤਾਂ ਸਭ ਤੋਂ ਪਹਿਲਾਂ ਦੇਖੋ ਤੁਸੀਂ ਵਿਆਸ ਨਦੀ ਬੁਰਾਸੂ ਪਾਸ ਜ਼ਿਲ੍ਹਾ ਕਿਨੌਰ ਹਿਮਾਚਲ ਪ੍ਰਦੇਸ਼ ਤੋਂ ਉਤਪੰਨ ਹੁੰਦੀ ਆ ਗਲਤ ਅਗੇ ਪੰਡੋ ਜਲ ਭੰਡਾਰ ਅਤੇ ਪੌਂਗ ਜਲ ਭੰਡਾਰ ਇਸ ਨਦੀ ਤੇ ਉਸਾਰੇ ਹੋਇਆ ਇਹ ਬਿਲਕੁਲ ਠੀਕ ਆ ਤੇ ਸਤਲੁਜ ਨਦੀ ਵਿੱਚ ਹਰੀਕੇ ਪੱਤਨ ਵਿਖੇ ਸ਼ਾਮਿਲ ਹੁੰਦੀ ਆ ਇਹ ਵੀ ਬਿਲਕੁਲ ਠੀਕ ਆ ਠੀਕ ਹੈ ਤਾਂ ਜਾਨੀ ਕਿ ਦੂਜਾ ਤੇ ਤੀਜਾ ਠੀਕ ਆ ਤੇ ਪਹਿਲਾ ਗਲਤ ਆ ਉਹਨਾਂ ਨੇ ਸਾਨੂੰ ਗਲਤ ਪੁੱਛਿਆ ਤਾਂ ਅਸੀਂ ਕਵਾਂਗੇ ਸਿਰਫ 1 ਗਲਤ ਕਿਹੜਾ ਵਾ ਸਿਰਫ ਪਹਿਲਾ ਨੈਕਸਟ ਕੁਐਸ਼ਨ ਅਸੀਂ ਕਰਦੇ ਆ ਜੀ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਕਿਹੜਾ ਹੈ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਬਿਲਗਾ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ 1936 ਤੋਂ 1947 ਦੌਰਾਨ ਪੰਜਾਬ ਦੀ ਰਾਜਧਾਨੀ ਕਿਹੜੀ ਰਹੀ 1936 ਤੋਂ 1947 ਦੌਰਾਨ ਪੰਜਾਬ ਦੀ ਜੋ ਰਾਜਧਾਨੀ ਸੀ ਉਹ ਸੀ ਲਾਹੌਰ ਆਪਸ਼ਨ ਨੰਬਰ ਈ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ 1947 ਤੋਂ 1968 ਦੌਰਾਨ ਪੰਜਾਬ ਦੀ ਰਾਜਧਾਨੀ ਕਿਹੜੀ ਸੀ 1947 ਤੋਂ 1968 ਦੌਰਾਨ ਪੰਜਾਬ ਦੀ ਜੋ ਰਾਜਧਾਨੀ ਆਉਂ ਸ਼ਿਮਲਾ ਰਹੀ অপশন নাম্বার উডা ইজ দা রাইট অ্যানসার দেখো 1936 ਤੋਂ 47 ਤੱਕ ਲਾਹੌਰ 1947 ਤੋਂ 1968 ਤੱਕ ਸਿਮਲਾ ਤੇ 1968 ਤੋਂ ਤਾਂ ਫਿਰ ਸਾਡੀ ਚੰਡੀਗੜ੍ਹ ਬਣ ਗਈ ਸੀ नेक्स्ट ਕੁਐਸ਼ਨ ਦਿੱਲੀ ਤੋਂ ਪ੍ਰਕਾਸ਼ਿਤ ਪੱਤੇਰਕਾਮਾਂ ਦਾ ਕਿਹੜਾ ਜੁੱਟ ਸਹੀ ਹੈ ਹਾਂਜੀ ਦਿੱਲੀ ਤੋਂ ਪ੍ਰਕਾਸ਼ਿਤ ਪੱਤੇਰਕਾਮਾਂ ਦਾ ਕਿਹੜਾ ਜੁੱਟ ਸਹੀ ਆ ਸਮਦਰਸੀ ਜਿਹੜਾ ਕਿ ਸਮਕਾਲੀ ਸਾਹਿਤ ਨਾਲ ਰਿਲੇਟਡ অপਸ਼ਨ ਨੰਬਰ উডা ਇਜ਼ ਦਾ রাইਟ ਆਨਸਰ नेक्स्ट ਕੁਐਸ਼ਨ माज ਦੀ ਬਾਣੀ ਕਿਸ ਗੁਰੂ ਕਵੀ ਦੀ ਕਿਰਤ ਹੈ ਹਾਂਜੀ ਮਾਜ ਦੀ ਬਾਣੀ ਕਿਹੜੇ ਗੁਰੂ ਕਵੀ ਦੀ ਕਿਰਤ ਆ ਗੁਰੂ ਨਾਨਕ ਦੇਵ ਜੀ ਦੀ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਕਿਸ ਪੰਜਾਬ ਦੇ ਕਿਸ ਸਾਇਰ ਨੂੰ ਕਬੀਰ ਪੁਰਸਕਾਰ ਪ੍ਰਾਪਤ ਹੋਇਆ ਸੀ ਹਾਂਜੀ ਪੰਜਾਬ ਦੇ ਹਰਪਜਨ ਸਿੰਘ ਨੂੰ ਕਬੀਰ ਪੁਰਸਕਾਰ ਪ੍ਰਾਪਤ ਹੋਇਆ ਆਪਸ਼ਨ ਨੰਬਰ ਈੜੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਕਿੰਗ ਮਿਰਜਾ ਤੇ ਸੁਪੇਰਾ ਕਿਸ ਪ੍ਰਕਾਰ ਦਾ ਨਾਟਕ ਹੈ ਹਾਂਜੀ ਕਿੰਗ ਮਿਰਜਾ ਤੇ ਸੁਪੇਰਾ ਐਬਸਰਡ ਟਾਈਪ ਦਾ ਨਾਟਕ ਬੋਲਿਆ ਜਾ ਸਕਦਾ ਹੈ ਇਸ ਨੂੰ ਆਪਸ਼ਨ ਨੰਬਰ ਸ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਲੋਕ ਕੀ ਹੈ ਹਾਂਜੀ ਸਲੋਕ ਕੀ ਹੈ ਸਲੋਕ ਇੱਕ ਕਹਾਵਰੂਪ ਹੈ ਆਪਸ਼ਨ ਨੰਬਰ ਊ ਡਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਤੂਤਾਂ ਵਾਲਾ ਖੂ ਨਾਵਲ ਹਾਂਜੀ ਤੂਤਾਂ ਵਾਲਾ ਖੂਨਾਵਲ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ ਤੂਤਾਂ ਵਾਲਾ ਖੂਨਾਵਲ ਇਹਨਾਂ ਵਿੱਚੋਂ ਕਿਸ ਦੇ ਨਾਲ ਸੰਬੰਧਿਤ ਹੈ ਜਥਾਰਥਵਾਦੀ ਨਾਵਲ ਆ ਤੂਤਾਂ ਵਾਲਾ ਖੂ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਇਸ ਦੀ ਰਚਨਾ ਕਿਸ ਨੇ ਕੀਤੀ ਸੀ ਮੈਂ ਤੁਹਾਨੂੰ ਕੱਲ ਹੀ ਕਰਵਾਇਆ ਵੀਡੀਓ ਦੇ ਵਿੱਚ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਨੈਕਸਟ ਕੁਐਸ਼ਨ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਰਾਜ ਮਹਾਰਾਜਾ ਰਣਜੀਤ ਸਿੰਘ ਸਮੇਂ ਰਾਜ ਦੀ ਸਰਕਾਰੀ ਭਾਸ਼ਾ ਕਿਹੜੀ ਸੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਸਮੇਂ ਰਾਜ ਦੀ ਸਰਕਾਰੀ ਭਾਸ਼ਾ ਸੀ ਫਾਰਸੀ ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬੀ ਸਾਹਿਤ ਦਾ ਪਹਿਲਾ ਪ੍ਰਮਾਣਿਕ ਇਤਿਹਾਸ ਕਿਸ ਲੇਖਕ ਦਾ ਲਿਖਿਆ ਹੈ ਹਾਂਜੀ ਪੰਜਾਬੀ ਸਾਹਿਤ ਦਾ ਪਹਿਲਾ ਪ੍ਰਮਾਣਿਕ ਇਤਿਹਾਸ ਲਿਖਿਆ ਹੈ ਮੋਹਨ ਸਿੰਘ ਦਿਵਾਨਾ ਨੇ ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਿੱਖਾਂ ਦੀ ਸਿੱਖਾਂ ਦੀ ਭਗਤ ਮਾਲਾ ਪਾਈ ਗੁਰਦਾਸ ਜੀ ਦੀ ਕਿਹੜੀ ਬਾਹਰ ਉੱਤੇ ਆਧਾਰਿਤ ਹੈ ਹਾਂਜੀ ਸਿੱਖਾਂ ਦੀ ਭਗਤ ਮਾਲਾ ਪਾਈ ਗੁਰਦਾਸ ਜੀ ਦੀ 11ਵੀਂ ਬਾਹਰ ਉੱਤੇ ਆਧਾਰਿਤ ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਕਿਸ ਸੰਸਥਾ ਵੱਲੋਂ ਪੰਜਾਬੀ ਸਾਇਤ ਦਾ ਵਿਦਾਂਮੂਲਕ ਇਤਿਹਾਸ ਤਿਆਰ ਕੀਤਾ ਗਿਆ ਹੈ ਹਾਂਜੀ ਕਿਹੜੀ ਸੰਸਥਾ ਵੱਲੋਂ ਪੰਜਾਬੀ ਸਾਇਤ ਦਾ ਵਿਦਾਂਮੂਲਕ ਇਤਿਹਾਸ ਤਿਆਰ ਕੀਤਾ ਗਿਆ ਤਾਂ ਇਹ ਕੀਤਾ ਗਿਆ ਹੈ ਜੀ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਆਪਸ਼ਨ ਨੰਬਰ 8 ਇਸਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਮਹਾਕਾਵ ਵਿੱਚ ਘੜ ਤੋਂ ਘਟ ਕਿੰਨੇ ਸਰਗ ਹੁੰਦੇ ਹਨ ਹਾਂਜੀ ਮਹਾਕਾਲ ਕਾਵ ਦੇ ਵਿੱਚ ਘੜ ਤੋਂ ਘਟ 8 ਸਰਗ ਹੁੰਦੇ ਹਨ ਆਪਸ਼ਨ ਨੰਬਰ 8 ਇਸਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬੀ ਦੇ ਕੇਸਾਇਰ ਨੂੰ ਭਾਰਤ ਸਰਕਾਰ ਵੱਲੋਂ 2012 ਵਿੱਚ ਪਦਮ ਸਿਰੀ ਅਵਾਰਡ ਪ੍ਰਾਪਤ ਹੋਇਆ ਹਾਂਜੀ ਪੰਜਾਬੀ ਦੇ ਸੁਰਜੀਤ ਪਾਤਰ ਨੂੰ ਭਾਰਤ ਸਰਕਾਰ ਵੱਲੋਂ 2012 ਦੇ ਵਿੱਚ ਪਦਮ ਸਿਰੀ ਅਵਾਰਡ ਪ੍ਰਾਪਤ ਹੋਇਆ অপਸ਼ਨ ਨੰਬਰ 8a ਇਜ਼ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸ਼ਚਨ ਅਸੀਂ ਕਰਦੇ ਹਾਂ ਪੰਜਾਬ ਵਿੱਚ ਕਿੰਨੀਆਂ ਗ੍ਰਾਮ ਪੰਚਾਇਤਾਂ ਹਨ ਪੰਜਾਬ ਦੇ ਵਿੱਚ 9331 ਗ੍ਰਾਮ ਪੰਚਾਇਤਾਂ ਨੇ অপਸ਼ਨ ਨੰਬਰ e ਇਜ਼ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸ਼ਚਨ ਪੰਜਾਬੀ ਗ੍ਰਾਮਰ ਦੇ ਨਾਲ ਸਟਾਰਟ ਹੁੰਦੇ ਆ ਹਾਂਜੀ ਉਹ ਸਾਡਾ ਘਰ ਹੈ ਵਾਕ ਵਿੱਚ ਉਹ ਦਾ ਕਾਰਜ ਹੈ ਹਾਂਜੀ ਵਾਕ ਦੇ ਵਿੱਚ ਉਹ ਦਾ ਕਾਰਜ ਕੀ ਆ ਨਿਸ਼ਚੇਵਾਚਕ ਪੜਨਾਮ ਆਪਸ਼ਨ ਨੰਬਰ 4 ਹੈ ਜ਼ਰਾ ਰਾਈਟ ਆਨਸਰ ਨਿਸ਼ਚੇਵਾਚਕ ਪੜਨਾਮ ਦੇਖੋ ਪੜਨਾਮ ਕੀ ਹੁੰਦਾ ਵਾ ਜਿਹੜਾ ਕਿਸੇ ਨਾਮ ਦੀ ਜਗ੍ਹਾ ਤੇ ਵਰਤਿਆ ਜਾਂਦਾ ਹੁਣ ਨਾਮ ਦੀ ਜਗ੍ਹਾ ਤੇ ਉਹ ਵਰਤਿਆ ਗਿਆ ਵਾ ਠੀਕ ਹੈ ਪਰ ਇਸ ਦੀਆਂ ਵੀ ਅੱਗੇ ਟਾਈਪਸ ਹੁੰਦੀਆਂ ਹਨ ਜਿਵੇਂ ਨਿਸ਼ਚੇਵਾਚਕ ਪੜਨਾਮ ਆ ਗਿਆ ਉਹ ਸਾਡਾ ਘਰ ਹੈ ਤਾਂ ਇਸ ਦੇ ਵਿੱਚ ਕੀ ਆ ਉਹ ਆ ਜਿਹੜਾ ਨਿਸ਼ਚੇਵਾਚਕ ਪੜਨਾਮ ਆ ਅੱਗੇ ਨੈਕਸਟ ਪੰਜਾਬੀ ਅਕਾਦਮੀ ਦਿੱਲੀ ਦੇ ਪੰਜਾਬੀ ਸਾਹਿਤ ਦਾ ਇਤਿਹਾਸ ਪ੍ਰੋਜੈਕਟ ਦੀਆਂ ਕਿੰਨੀਆਂ ਜਿਲਦਾਂ ਪ੍ਰਕਾਸ਼ਿਤ ਹੋਈਆਂ ਹਨ ਪੰਜਾਬੀ ਅਕਾਦਮੀ ਦਿੱਲੀ ਦੇ ਪੰਜਾਬੀ ਸਾਹਿਤ ਦਾ ਇਤਿਹਾਸ ਪ੍ਰੋਜੈਕਟ ਦੀਆਂ ਜਿਲਦਾਂ ਜੋ ਪ੍ਰਕਾਸ਼ਿਤ ਹੋਈਆਂ ਨੇ ਉਹ ਹੋਈਆਂ ਨੇ ਜੀ 2 ਤੋਂ 13 ਆਪਸ਼ਨ ਨੰਬਰ ਈ ਡੀ ਜ਼ਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਲੇਖਕਾਂ ਦਾ ਕਿਹੜਾ ਵਰਗ ਇਕੋ ਕਾਲ ਨਾਲ ਸੰਬੰਧਿਤ ਹੈ ਹਾਂਜੀ ਲੇਖਕਾਂ ਦਾ ਵਰਗ ਹੈ ਜਿਹੜਾ ਫਰੀਦ ਚਾਰਪਟ ਤੇ ਖੁਸਰੋ ਇਹ ਇਕੋ ਕਾਲ ਨਾਲ ਸੰਬੰਧਿਤ ਆਪਸ਼ਨ ਨੰਬਰ 6 ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੂਰਨ ਭਗਤ ਦੀ ਕਥਾ ਕਿਹੜੀ ਹੈ ਹਾਂਜੀ ਇਹਨਾਂ ਦੇ ਵਿੱਚੋਂ ਪੂਰਨ ਭਗਤ ਦੀ ਕਿਹੜੀ ਕਥਾ ਵਾ ਦੰਤ ਕਥਾ ਆਪਸ਼ਨ ਨੰਬਰ ਈ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਹੀ ਕਰਮ ਦੱਸੋ ਹਾਂਜੀ ਇਹਨਾਂ ਦੇ ਵਿੱਚ ਸਹੀ ਕਰਮ ਕਿਹੜਾ ਬਣ ਰਿਹਾ ਹੈ ਫਜ਼ਲ ਦਾ ਭਗਵਾਨ ਸਿੰਘ ਮੋਲਾ ਬਖਸ਼ ਕੋਸਤਾ ਤੇ ਭਾਈ ਵੀਰ ਸਿੰਘ অপਸ਼ਨ ਨੰਬਰ ਈ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪਾਰਟ 17 ਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ